ਸਰਕਾਰ ਜੁਲਾਈ ਤੋਂ ਸ਼ੁਰੂ ਹੋ ਰਹੇ 2017 ਤੇ 18 ਦੇ ਫਸਲੀ ਸਾਲ ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 80 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੇ ਵਿਚਾਰ ਕਰ ਰਹੀ ਹੈ। ਅਗਲੇ ਮਹੀਨੇ ਖਤਮ ਹੋ ਰਹੇ 2016 ਤੇ 17 ਦੇ ਫਸਲੀ ਸਾਲ ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 1470 ਰੁਪਏ ਅਤੇ ਵਧੀਆ ਗੁਣਵੱਤਾ ਵਾਲੇ ਏ ਗ੍ਰੇਡ ਝੋਨੇ ਦਾ ਮੁੱਲ 1510 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਖੇਤੀ ਮੰਤਰਾਲੇ ਨੇ ਅੰਤਰ ਮੰਤਰਾਲਾ ਸਲਾਹ ਮਸ਼ਵਰੇ ਲਈ ਇੱਕ ਕੈਬਨਿਟ ਪੱਤਰ ਭੇਜਿਆ ਅਤੇ ਤਜਵੀਜ਼ ਨੂੰ ਛੇਤੀ ਹੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਮੰਤਰਾਲੇ ਨੇ 2017 ਤੇ 18 ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 80 ਰੁਪਏ ਵਧਾਉਣ ਦੀ ਸਿਫਾਰਿਸ਼ ਕੀਤੀ ਹੈ। ਇਹ ਵਾਧਾ 2016 ਤੋਂ 17 ਦੌਰਾਨ ਕਿਤੇ 60 ਰੁਪਏ ਪ੍ਰਤੀ ਕੁਇੰਟਲ ਦੇ ਕਿਤੇ ਵਾਧੇ ਨਾਲ ਥੋੜਾ ਜਿਹਾ ਜ਼ਿਆਦਾ ਹੈ। ਖਰੀਦ ਮੁੱਲ ਵਿੱਚ ਵਾਧੇ ਦੀ ਤਜਵੀਜ਼ ਖੇਤੀ ਲਾਗਤ ਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਕੀਤੀ ਗਈ ਹੈ। ਮੌਜੂਦਾ ਸਾਲ ਦੌਰਾਨ ਝੋਨੇ ਦਾ ਉਤਪਾਦਨ 10 ਕਰੋੜ 90 ਲੱਖ ਟਨ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।